पंजाब यूनिवर्सिटी के अधीन आते 22 कॉलेजों के जोनल यूथ फेस्टिवल का आयोजन पिछले दिनों पत्तो हीरा सिंह में करवाया गया, जिसमें मोगा के डीएम कॉलेज के करीब 100 छात्रों ने 34 आइटमों में भाग लिया और इस कॉलेज ने फेस्टिवल में दूसरा व तीसरा स्थान हासिल किया। छात्रों द्वारा अच्छा प्रदर्शन करने और कॉलेज का नाम रोशन करने पर आज कॉलेज की प्रबंधक कमेटी की ओर से उन्हें सम्मानित किया गया। इस स्थान को इंप्रूव करना जी, असीं इहनूं पहले नंबर ते लेके जाना है। ਸਾਡੇ ਕਾਲਜ ਦੇ ਜਿੰਨੇ ਵੀ ਟੀਚਰ ਸਾਹਿਬਾਨ ਨੇ, ਸਾਡੇ ਪ੍ਰਿੰਸੀਪਲ ਸਾਹਿਬ, ਸਾਡੀ ਮੈਨੇਜਮੈਂਟ ਇਸ ਚੀਜ਼ ਦੇ ਲਈ ਬਿਲਕੁਲ ਐਗਰੀ ਹੈ ਕਿ ਅਸੀਂ ਅਗਲੀ ਵਾਰ ਨੂੰ ਕੋਸ਼ਿਸ਼ ਕਰਾਂਗੇ ਕਿ ਇਸ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਹੈਗਾ ਯੂਥ ਫੈਸਟੀਵਲ ਇਸ ਕਾਲਜ ਦੇ ਵਿੱਚ ਕਰਵਾਇਆ ਜਾਵੇ ਔਰ ਇੱਥੇ ਹੀ ਮਤਲਬ ਜਿਹੜਾ ਹੈਗਾ ਸਾਰਾ ਕੁਝ ਜਿਹੜਾ ਹੈਗਾ ਅਸੀਂ ਇੱਥੋਂ ਦੀਆਂ ਟੀਮਾਂ ਪ੍ਰਿਪੇਅਰ ਕਰਕੇ ਲੈ ਕੇ ਜਾਈਏ ਔਰ ਸਾਰਾ ਜਿਹੜਾ ਹੈਗਾ ਸਾਡੇ ਬੱਚੇ ਪਾਰਟੀਸਪੇਟ ਕਰਨ। ਇਸ ਮੌਕੇ ਪਰ ਛਾਤਰੋਂ ਮੇਂ ਬੇਹਦ ਖੁਸ਼ੀ ਦੇਖਣੇ ਕੋ ਮਿਲੀ। ਸਾਨੂੰ ਬਹੁਤ ਜ਼ਿਆਦਾ ਮਾਣ ਪ੍ਰਾਪਤ ਹੋ ਰਿਹਾ ਹੈ ਕਿ ਅਸੀਂ ਵਾਰਡ ਦੇ ਵਿੱਚੋਂ 3rd ਪ੍ਰਾਈਜ਼ ਪ੍ਰਾਪਤ ਕੀਤਾ ਹੈ। ਅਸੀਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਨਸ਼ਿਆਂ ਦੀ ਦਲਦਲ ਤੋਂ ਬਾਹਰ ਨਿਕਲੋ, ਸਾਰੇ ਸਟੂਡੈਂਟ ਵਿਦਿਆਰਥੀ ਵੱਧ ਤੋਂ ਵੱਧ ਮਿਹਨਤ ਕਰਨ ਜੋ ਕਿ ਆਪਦੇ ਕਾਲਜ ਦਾ ਅਤੇ ਮਾਂ ਪਿਓ ਦਾ ਨਾਂ ਰੋਸ਼ਨ ਕਰ ਸਕਣ। ਜੀ, 22 ਕਾਲਜਾਂ ਨੇ ਟਫ ਕੰਪੀਟੀਸ਼ਨ ਵਿੱਚੋਂ 2nd ਅਵਾਰਡ ਲਿੱਤਾ ਵਾ ਅਤੇ ਸਾਨੂੰ ਅੱਜ ਇੱਥੇ ਡੀਐਮ ਕਾਲਜ ਵਿਖੇ ਸਨਮਾਨਿਤ ਕੀਤਾ ਜਾ ਰਿਹਾ ਅਤੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਸਾਡੇ ਪ੍ਰਿੰਸੀਪਲ ਅਤੇ ਸਾਡੀ ਕਮੇਟੀ ਨੇ ਸਾਨੂੰ ਅੱਜ ਇੱਕ ਮਾਣ ਬਖਸ਼ਿਆ ਵਾ ਜਿਹੜਾ ਕਿ ਅਸੀਂ ਲੈਣ ਜਾ ਰਹੇ ਹਾਂ। ਮੈਂ ਪਿਛਲੇ ਸਾਲ ਵੀ ਗਿੱਧੇ 'ਚ ਪਾਰਟੀਸਪੇਟ ਕੀਤਾ ਸੀ, ਹੁਣ ਵੀ ਕੀਤਾ ਸੀ। ਇਸ ਸਾਲ ਮੇਰਾ ਇੰਡੀਵਿਜੁਅਲ ਆਇਆ, 3rd ਪੋਜੀਸ਼ਨ ਆਈ ਹੈ ਮੇਰੀ ਅਤੇ ਵੈਸੇ ਤਾਂ ਗਿੱਧਾ 3rd ਪੋਜੀਸ਼ਨ 'ਤੇ ਆਇਆ ਵਾ। ਸਾਰਿਆਂ ਨੇ ਬਹੁਤ ਵਧੀਆ ਕੀਤਾ, ਬਸ ਕਾਲਜ ਵਾਲਿਆਂ ਦੀ ਇਸ ਅੱਜ ਤੁਹਾਡੇ ਕਾਲਜ ਦੇ ਵਿੱਚ ਤੁਹਾਨੂੰ ਸਨਮਾਨਿਤ ਕੀਤਾ ਜਾ ਰਿਹਾ, ਕੀ ਕਹੋਗੇ? ਬਸ ਕਾਲਜ ਵਾਲਿਆਂ ਦਾ ਥੈਂਕ ਯੂ ਆ, ਉਹਨਾਂ ਵਾਸਤੇ ਅਸੀਂ ਇੰਨੀ ਮਿਹਨਤ ਕਰਦੇ ਹਾਂ ਅਤੇ ਸਾਡਾ ਸਨਮਾਨ ਕੀਤਾ ਇਹਨਾਂ ਨੇ। ਥੈਂਕ ਯੂ ਪ੍ਰਿੰਸੀਪਲ ਸਰ, ਐਸ ਕੇ ਸ਼ਰਮਾ ਸਰ। ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਮੈਂ ਇਸ ਤਰੀਕੇ ਨਾਲ ਮੇਰੇ ਡੀਐਮ ਕਾਲਜ ਦਾ ਨਾਮ ਹੋ ਰਿਹਾ, ਮੇਰੇ ਪੇਰੈਂਟਸ ਦਾ ਨਾਮ ਹੋ ਰਿਹਾ ਹੈ। ਬਹੁਤ ਹੀ ਅੱਛਾ ਮਾਹੌਲ ਸੀ, ਕਾਫੀ ਕੰਪੀਟੀਟਿਵ ਮਾਹੌਲ ਸੀ ਉੱਥੇ। ਸਾਡਾ ਯੂਥ ਫੈਸਟੀਵਲ ਇਸ ਈਅਰ ਪੱਤੋ ਹੀਰਾ ਸਿੰਘ ਕਾਲਜ ਵਿੱਚ ਹੋਇਆ, ਜਿੱਥੇ 22 ਕਾਲਜਸ ਨੇ ਪਾਰਟੀਸਪੇਸ਼ਨ ਕੀਤੀ। ਕਾਫੀ ਟਫ ਕੰਪੀਟੀਸ਼ਨ ਸੀਗਾ ਜਿਹਦੇ ਵਿੱਚ ਸਾਡੇ ਕਾਲਜ ਨੇ ਬਹੁਤ ਅੱਛੇ ਅਚੀਵਮੈਂਟਸ ਹਾਸਿਲ ਕੀਤੇ ਹੈ। ਬੱਚੋਂ ਕੋ ਕੋਚਿੰਗ ਦੇਣ ਕੇ ਲਈ ਚੰਡੀਗੜ੍ਹ ਥੀਏਟਰ ਕੀ ਰਮਨਦੀਪ ਕੌਰ ਕੋ ਵੀ ਸਨਮਾਨਿਤ ਕੀਤਾ ਗਿਆ। ਸਰ, ਰਿਜ਼ਲਟ ਬਹੁਤ ਅੱਛਾ ਰਿਹਾ, ਥੋੜ੍ਹਾ ਜਿਹਾ ਮਤਲਬ ਟਾਈਮ ਦੀ ਕਮੀ ਸੀ, ਅਗਰ ਟਾਈਮ ਹੋਰ ਹੁੰਦਾ ਤਾਂ ਗਿੱਧੇ ਨੂੰ ਟਾਈਮ ਘੱਟ ਮਿਲਿਆ ਔਰ ਫੋਕ ਡਾਂਸ ਵਾਲੇ ਜੋ ਜਨਰਲ ਡਾਂਸ ਵਾਲੇ ਬੱਚੇ ਸੀ ਉਹਨਾਂ ਨੇ ਪੂਰੀ ਮਿਹਨਤ ਕੀਤੀ ਜੋ ਵਿਨਰ ਬਣ ਕੇ ਆਏ। ਜਾਗਤੀ ਲਹਿਰ ਕੇ ਲਈ ਮੋਗਾ ਸੇ ਬਿੱਟੂ ਪੁਰਵਾ ਕੀ ਰਿਪੋਰਟ।